Yaptı. أعوذ بالله من الشيطان الرجيم بسم الله الرحمن الرحيم الحمد لله رب العالمين الصلاة والسلام على من كان نبيا وآدم بين الماء والدين نبي توجي صلوات وعلى أخيه ووزيره ووارث علمه علم الأولين والآخرين يا سب الدين أمير المؤمنين النار يا حيدري میں پیدا گلوں سے کھینچ کے عطار نے خراب کی بو منتظر رانا بھائی جڑا کچھ بولیا پیغام اپڑیا گلوں سے کھینچ کے سرے کی ربائیاں ہی پڑسا ہیں وہ مینو آدی میرے خیال ہی آدی اردو دی ربائی میں پیدا گلوں سے کھینچ کے عطار نے خراب کی بو اتا ہاتھ نہ کرے سو تا اگلا سور کوڑا لگ سی زاکری دا معیار ہوندا ہے نا ایک گراف ہوندا ہے زاکر لفظ یکا پچھا بولن لگ ویندن جل تساں نے بولیندے یعنی تساں او قوت ہو جڑی پڑھاون دا سبب بندی تے میں او گل ہی کدی نہیں ممبر تے کیتی جو بھائی اپنی قوت واسطے قوت نال لے کے ٹر پیا جیڑا حسین بادشاہ دے ناں تے نہیں وسیا میں کیڑا با اعتماد ذاکراں کہ مینو جانا نلا بندہ داد دے وے مینو تکلیف ہونی متا اے عبادت پیا وجائیندو وے اتنا خوف رکھ کے ذکر کرے نا پچھلی رات گلی اچ دکاندار دکان لے کے جا رہا ہے ہاتھ اچ ہاتھ دکان ڈٹھی نے جلے آتری اتر ویچتے ہیں انہوں نے ہاتھ ہی دکان دی فقیر پچھلی رات چوک اچ مست اس یالی مدد نہیں آخیا فقیر آخیا پہلا بندہ نرنیا یالی مدد نہیں بلائیں دا میری دیاری تے ونجائی وائیں دا ہے ہووے نہیں تے اے دی ونجا نہ چھوڑا اس وائندے نو فقیر بولی دتی فقیرا دا گلاں سے کھینچ کے عطار نے خراب کی بو او کبڑی گیا لے نرے نے آپ پہلا بندہ نہ اس کچھ لینا نہ دینا میں ویچن جا رہا میں کو تینو ویچنی ہے میں محنت کر کے خوشبو کٹھی کی تھی یہ کیا آتا ہے خراب کی بو اس تو پچھا وہ بندہ پچھا مڑے جلے فقیر دے گل بالکل گرفت چا گیا
ਵੀ ਹੁਣ ਆਵਾਜ਼ ਪਹੁੰਚਦੀ ਹੈ ਫਕੀਰ ਨੂੰ, ਅਜਾ ਪੁੱਛਦਾ ਵਧਾਈ ਹੈ, ਫਕੀਰ ਜਵਾਬ ਦਿੱਤਾ। ਮੈਂ ਪੁੱਤਰ ਜਿਵੇਂ ਜਿਵੇਂ ਪਿੱਛਾ ਹਟਦਾ ਪਿਆ ਆਵਾਜ਼ ਦੀ ਪਾਰੂ ਪਿਆ ਹਟਣਾ। ਪ੍ਰੈਸ਼ਰ ਵਾਲਾ ਆਵਾਜ਼ ਨਹੀਂ ਉਮਣਾ ਚਾਹੀਦਾ ਜਿਹੜਾ ਕੰਨ ਪਾੜ ਦੇਵੇ, ਆਵਾਜ਼ 'ਚ ਹੁਸਨ ਉਮਣਾ ਚਾਹੀਦਾ। ਮੈਂ ਜਿਵੇਂ ਜਿਵੇਂ ਹਟਣਾ ਤੂੰ ਵਧਣਾ ਹੈ ਕਿ ਬਣਸੀ। ਫੇਰਾ ਕਰਨਾ ਚਾਹੁੰਦਾ, ਫਕੀਰ ਦੇ ਨੇੜੇ ਲੱਗਾ ਦੁਕਾਨਦਾਰ, ਫਕੀਰਾਂ ਦਾ ਗੁਲਾਸ ਖੈਚ ਕੇ ਤਾਰ ਨੇ ਖਰਾਬ ਕਿਬੂ। ਉਹਦਾ ਕਿਵੇਂ? ਫਕੀਰਾਂ ਦਾ ਕਹਾਂ ਅਲੀ ਕਾ ਪਸੀਨਾ ਕਹਾਂ ਗੁਲਾਬ ਕਿਬੂ। ਮੈਂ ਤੁਹਾਨੂੰ ਪੈਗਾਮ ਦੇਣਾ, ਹਰ ਕੋਈ ਆਪਣੀ ਖੁਸ਼ਬੂ ਵਿੱਚ ਮਸਤ ਹੈ, ਠੀਕ ਹੈ? ਇਹ ਵੀ ਇੱਕ ਖੁਸ਼ਬੂ ਹੈ ਜਿਹੜੀ ਤੁਹਾਨੂੰ ਲੈ ਆਈ ਹੈ। ਕਾਈ ਖੁਸ਼ਬੂ ਉਸ ਨੂੰ ਵੀ ਹੈ ਜਿਹੜੀ ਇਸ ਤੋਂ ਵੱਧ ਆਉਂਦਾ ਹੈ, ਉਹਦੀ ਵੀ ਆਪਣੀ ਖੁਸ਼ਬੂ ਹੈ। ਇਹ ਕਾਵੜ ਵਾਲੀ ਕਿਹੜੀ ਗੱਲ? ਇਹ ਵੀ ਖੁਸ਼ਬੂ ਹੈ। ਫਕੀਰ ਦਾ ਗੁਲਾਸ ਖੈਚ ਕੇ ਤਾਰਨ ਖਰਾਬ ਕਿਬੂ, ਕਹਾਂ ਅਲੀ ਕਾ ਪਸੀਨਾ ਕਹਾਂ ਗੁਲਾਬ ਕਿਬੂ। ਫਕੀਰਾਂ ਦਾ ਇਸ ਲਈ ਤੋ ਨਿਕਲਤਾ ਹੈ ਇਤਰ ਮੱਟੀ ਸੇ ਬਸੀ ਹੋਈ ਹੈ ਇਸੀ ਮੈਂ ਅਬੂ ਤੁਰਾ। ਅਲਹਮਦੁਲਿਲਾਹ ਕੋ ਜੀ ਸਲਵਾਤ ਪੜ੍ਹ ਲਓ ਆਲ ਰਸੂਲ ਤੇ। ਮੈਂ ਜਨਾਬ ਨੂੰ ਕੱਲ ਕਸਰਤ ਮਜਲਸ ਵਿੱਚ ਇੱਕ ਤਾਂ ਮੈਂ ਟਾਈਮਿੰਗ ਸੈਟਿੰਗ ਕਰਨੀ ਆਈ, ਦੂਆ ਵੇਖਣ ਆਈ ਕਿੱਥੇ ਕਿੱਥੇ ਕਿਤਨੇ ਕਿਤਨੇ ਜ਼ਾਕਿਰ ਪੇ ਪੜ੍ਹਦੇ ਨੇ, ਦੂਆ ਇਹ ਵੇਖਣ ਆਈ ਬਈ ਇਹ ਕੇ ਪੜ੍ਹਦੇ ਨੇ। ਐਵੇਂ ਮੈਂ ਪਿੱਛੂ ਟੰਗਿਆ ਨਾ ਵਧਾ ਰਹਾਂ, ਵੱਧ ਸ਼ੁਕਰ ਹੈ ਬੇਨਿਆਜ਼ ਦੀ ਬਾਰਗਾਹ 'ਚ ਇੱਕ ਸ਼ਗਿਰਦ ਮੇਰਾ ਖਲਾ ਹੈ, ਇੱਕ ਜਾ ਤੇ ਉਹ ਮੈਨੂੰ ਟੰਗੀ ਖਲਾ, ਕਿਉਂ ਜੀ ਉਹਨੂੰ ਉਹ ਰਾਹ ਮਨ ਲੱਗ ਗਏ ਨੇ ਜਿਹੜੇ ਮੈਂ ਪੜ੍ਹਨਾ। ਬਸ ਉਹ ਇੱਕ ਜਾ ਹੈ ਪ੍ਰੋਬਲਮ ਦੀ, ਅਤੇ ਕੱਲ੍ਹ ਦੀ ਸੈਟਿੰਗ ਵੇਖ ਲਈਏ ਕਿੱਥੇ ਕੇ ਪੜ੍ਹੀਂਦਾ ਪਿਆ ਅਤੇ ਮੈਂ ਕੀ ਪੜ੍ਹਨਾ। ਮੈਨੂੰ ਕੋਈ ਟੈਨਸ਼ਨ ਹੀ ਨਹੀਂ, ਕਿਉਂਕਿ ਜਿਵੇਂ ਮੈਂ ਪੜ੍ਹਨਾ ਮੇਰਾ ਤਰਜ਼ ਔਰ ਫਿਕਰ ਦੂਏ ਕੋਲ ਲੱਭਦੀ ਨਹੀਂ, ਕਿਉਂਕਿ ਮੈਂ ਫਿਤਰਤ ਬੁਲੇ ਨਾ, ਜਿਹੜੀ ਫਿਤਰਤ ਇਸਲਾਮ ਦੀ ਤਰਜ਼ ਹੈ। ਇਸਲਾਮ ਕਦੀ ਫਿਤਰਤ ਦੇ ਖਿਲਾਫ ਨਹੀਂ ਹੋਇਆ। ਬੰਦੇ ਹੋਏ ਵਧਨ, ਜ਼ਾਲਿਮ ਨਾਲ ਹੀ ਪਿਆਰ ਅਤੇ ਮਜ਼ਲੂਮੀ ਨਾਲ ਹੀ, ਇਹ ਫਿਤਰਤ ਦੇ ਖਿਲਾਫ ਹੈ। ਕਾਤਲ ਨੂੰ ਚੰਗਾ ਚ ਜਾਣਨਾ, ਮਕਤੂਲ ਨੂੰ ਹੀ ਚੰਗਾ ਚ ਜਾਣਨਾ, ਪਤਾ ਹੈ ਇਹ ਕਿਹੜੀ ਫਿਤਰਤ? ਸਮਝ ਆਉਂਦੀ ਪਈ? ਤਾਂ ਸਾਨੂੰ ਕਿਸੇ ਨੂੰ ਛੇੜਨ ਦੀ ਜ਼ਰੂਰਤ ਨਹੀਂ, ਅਤੇ ਜਿਹਨੂੰ ਅਸਾਂ ਪਿਆਰ ਕਰਨੇ ਹੈ ਉਹਨੂੰ ਰਸੂਲ ਕਰਦਾ ਤਾਂ ਕਰਨੇ ਹੈ। ਗੱਲ ਹੀ ਮੁੱਕ ਗਈ। ਕਿਨ੍ਹਾਂ ਨੂੰ ਕਰੀਬ ਬਣਾਈਦਾ ਹੈ ਉਹਨਾਂ ਨੂੰ ਕਰੀਬ ਤੱਕ ਚੰਗਾ ਜਾਣਿਆ, ਕਿਨ੍ਹਾਂ ਨੂੰ ਦੂਰ ਕਰੇਂਦਾ ਹੈ ਉਸ ਨੂੰ ਦੂਰ ਕਰਨ ਦੀ ਮੰਜ਼ਿਲ ਰੱਖਣੇ ਆ, ਕਿਨ੍ਹਾਂ ਨੂੰ ਮੋਹਰ ਤੇ ਚੜ੍ਹਾਈਦਾ ਹੈ। ਅਸਾਂ ਦਿਲ ਤੇ ਸਵਾਰ ਕਰਨਿਆ ਹੈ, ਸਾਡਾ ਇਸਲਾਮ ਰਸੂਲ ਦੀ ਸਵਾਨੇ ਹਯਾਤ ਨਾਲ ਤਾਲਕ ਰੱਖਦਾ। ਅਸਾਂ ਕਦੀ ਅਲੀ ਨੂੰ ਨਾ ਮਨਾਏ ਹਾ ਜੇ ਰਿਸਾਲਤ ਬਚਾਵਣ ਕਾਣ ਰਸੂਲ ਮਨ ਕੋਲ ਕਰਨਾ। ਕੁਰਾਨ ਦਾ ਹਮਾਰਾ ਤੋ ਕਾਮ ਹੈ ਖੁੱਲੀ ਖੁੱਲੀ ਨਿਸ਼ਾਨੀਆਂ ਪੇਸ਼ ਕਰਨਾ, ਅੰਨਾ ਨਾ ਬਣ
ਜਿਹੜੀ ਗੱਲ ਉਹ ਕਰੇ ਇਹਨਾਂ ਨੂੰ ਆ ਕੁਰਾਨ ਚੋਂ ਨਿਸ਼ਾਨੀ ਦੇ। ਰਿਸਾਲਤ ਨਹੀਂ ਬਚਦੀ ਜੇ ਤੂੰ ਉਹ ਕੰਮ ਨਹੀਂ ਕੀਤਾ। ਕੰਮ ਉਹ ਦੱਸ ਜਿਹੜਾ ਰਿਸਾਲਤ ਦੇ ਮਿਆਰ ਤੇ ਹੋਵੇ। ਜੇ ਤੂੰ ਫਰਮਾਨ ਰਸੂਲ ਮੰਨੇ ਨਾ ਤੇ ਆਪਣੀ ਮਸੀਤ ਤੇ ਯਾ ਹਦੀਸ ਤਾਂ ਲਿਖ ਜਾ ਮਨ ਕੁਨ ਤੂੰ ਮੌਲਾ। ਮੈਨੂੰ ਪਤਾ ਹੀ ਲੱਗੇ ਤੂੰ ਰਸੂਲ ਨੂੰ ਪਿਆਰ ਕਰੇ। ਉਹ ਠੀਕ ਹੈ ਜਿਸ ਮਿਆਰ ਤੇ ਤੂੰ ਕਰੇ ਨਾ, ਇਹ ਹੀ ਇੱਕ ਤਰਜ਼ ਹੁੰਦੀ ਹੈ। ਤੈਨੂੰ ਇੱਕ ਤਰਜ਼ ਆਉਂਦੀ ਹੈ। ਅਸਾਂ ਫਿਕਾ ਸਾਡੀ ਜਾਫਰੀਆ ਦੇ ਵਿੱਚ ਜਿਸ ਮਿਆਰ ਦੇ ਵੀ ਉਲਮਾ ਹੋਵਨ ਉਹ ਲਭਦੇ ਆਲੇ ਮੁਹੰਮਦ ਤੂੰ ਸ਼ੈਨ। ਚੂੰਕਿ ਖੁਦ ਆਲਮ ਵੀ ਭਟਕ ਸਕਦਾ ਬੰਦਾ ਨਹੀਂ, ਸਾਡੇ ਰੀਤ ਮਖਲੂਕ ਖੁਦਾ ਹੈ, ਕਿਸੇ ਲਾਲਚ ਨਹੀਂ ਬਦਲ ਸਕਦਾ। ਉਹ ਆਇਮਾ ਤੋਂ ਕਿਉਂ ਸਨਦ ਲੈਂਦਾ? ਕਿਉਂਕਿ ਅਹਿਲ ਬੈਤ ਦੀ ਵੀ ਅੱਲਾਹ ਇੱਕ ਨਿਸ਼ਾਨੀ ਲਾਈਏ ਅਨ ਕੁਮਰ ਰਿਜਸਾ। ਅਹਿਲ ਬੈਤ ਕਾ ਤਾਰਫ ਕੁਰਾਨ ਮੇ ਉਸ ਸੇ ਰਿਜਸ ਦੂਰ ਹੈ। ਹਰ ਆਲਮਾ ਦਾ ਰਿਜਸ ਦਾ ਤਾਰਫ ਹੈ ਸ਼ੈਤਾਨੀ ਵਸਵਸਾ, ਮਖਸੂਸ ਨਿਜਾਸਾਤ। ਇਸ ਕਿਸਮ ਦੀ ਚੀਜ਼ਾਂ ਨੂੰ ਮੈਂ ਮਿੰਬਰ ਦੇ ਨਹੀਂ ਦੱਸ ਸਕਦਾ, ਇਹ ਰਿਜਸ ਹਨ। ਤਾਂ ਪਤਾ ਚੱਲਾ ਜਿਸ ਤੋਂ ਇਬਲੀਸ ਦੂਰ ਰਹਿੰਦਾ ਹੈ ਵਸਵਸਾ ਨਹੀਂ ਆਵਣ ਦਿੰਦਾ, ਉਹਨੂੰ ਅਹਿਲੇ ਬੈਤ ਆਦਨ ਜਿਹਦਾ ਨਿਸ਼ਾਨੀ ਲੱਗ ਗਈ ਹੈ। ਕਾਫੀ ਹੈ ਤੂੰ ਨਿਸ਼ਾਨੀਆਂ ਗੋਲ ਅਹਿਲੇ ਬੈਤ ਕਿਨੂੰ ਆਦਨ ਤਾਂ ਕਿ ਤੂੰ ਹਿਦਾਇਤ ਤੇ ਰਹਿ ਵਜੇ। ਯਬਤ ਉਸ ਨੂੰ ਕੰਮ ਅਜ਼ ਕੰਮ ਮੰਨ ਜਿਹੜਾ ਹਰ ਸ਼ਾਇਦ ਦੇ ਤੇ ਉਹਦੀ ਉਜਰਤ ਨਾ ਲਵੇ। ਮੈਂ ਚੁੱਕੇ ਹੁਣ ਤਕਸੀਮ ਆਉਂਦੇ ਪੈਂਦੇ ਹਾਂ ਅਸਾਂ ਆਪ ਹੀ। ਸ਼ੁਕਰ ਇਹ ਵੀ ਬਾਰਵੇਂ ਦੇ ਆਵਣ ਦੀ ਆਸਾਰ ਹਨ ਜੋ ਅਸਾਂ ਇੱਕ ਦੂਏ ਨੂੰ ਚੰਗੇ ਨਾ ਲੱਗ ਸਾਂ। ਇਹਦਾ ਹੀ ਜਲਦੀ ਜਲਦੀ ਨਿਸ਼ਾਨੀਆਂ ਪੂਰੀਆਂ ਹੋਵਨ, ਅਸਾਂ ਕਿਹ ਸ਼ਾਇ ਜੇ ਮਾਰੀ ਵਜਾਂ ਤਾਂ ਕੀ ਹੋ ਤੁਸੀਂ। ਇਮਾਮ ਜ਼ਮਾਨਾ ਦੇ ਆਵਣ ਦੀ ਦੁਆ ਨਹੀਂ ਮੰਗੀ ਤਾਂ ਕਿਉਂ ਵਧੈ? ਮੁੰਡਾ ਤਾਂ ਮੇਰੀ ਦੁਆ ਕਬੂਲ ਨਹੀਂ ਹੋਣੀ। ਬਾਰ ਮੈਨੂੰ ਸੱਡ ਆਮਦ ਦੀ ਦੁਆ ਮੰਗ, ਵੱਧ ਭਾਵੇਂ ਮਾਰੀ ਵੰਗ। ਤੂੰ ਸਮਝਣਾ ਵੀ ਸ਼ੀਆ ਇੰਨੇ ਇੰਨੇ ਡਰਾਮੇ ਵਧੇ ਕਰ ਦਿੰਦੇ ਨੇ। ਇਮਾਮ ਜ਼ਮਾਨਾ ਦੇ ਆਵਣ ਦੀ ਖੁਸ਼ੀ ਦਾ ਮਿਆਰ ਹੈ ਕਬਰਾਂ ਵਾਲੇ ਮੁਰਦੇ ਇੱਕ ਬਹਿ ਦੀਆਂ ਕਬਰਾਂ 'ਚ ਬੂਹੇ ਬਣਾ ਕੇ ਆਖਸਨ ਜਾਗੋ ਬਸ ਕਰੋ ਜ਼ਮਾਨਾ ਮੁੱਕ ਗਿਆ ਆਖਰੀ ਆ ਗਿਆ। ਮੁਬਾਰਕ ਮੀਆਂ ਸ਼ਾਨ। ਅੱਜ ਮੈਂ ਤੁਹਾਨੂੰ ਇੱਕ ਉਹ ਗੱਲ ਕਰੇ ਨਾ, ਜਿਹੜਾ ਦਾਦ ਨਾ ਦੇਵੇ ਉਹ ਪਕੜੀ ਵਜੇ। ਮੈਨੂੰ ਆਸ਼ਿਕ ਵਿਖਾਇਓ ਜੇ ਡਿੱਠਾ ਨਾ ਹੋਵੇ ਉਸ ਸ਼ਾਇ ਨੂੰ ਤੇ ਆਸ਼ਿਕ ਹੋਵੇ। ਦੁਨੀਆਂ 'ਤੇ ਸਭ ਤੋਂ ਵੱਡਾ ਹੁਸਨ ਮਸ਼ਹੂਰ ਹੋਇਆ ਹਜ਼ਰਤ ਯੂਸਫ ਦਾ ਕਿੱਸਾ, ਹਜ਼ਰਤ ਜ਼ੁਲੈਖਾ ਦਾ ਕੁਰਾਨ ਬਿਆਨ ਕੀਤਾ, ਬੰਨਿਆ ਪਾ ਪਾ ਸੁਰਮੇ ਦਾ ਪਾ ਕੇ ਇੰਜ ਇੰਜ ਕਰ ਤੇ ਕਿੱਸਾ ਬਿਆਨ ਕੀਤਾ। ਇੱਕ ਨਬੀ ਨੂੰ ਅੱਲਾ ਮਿਸਰ ਦੇ ਮਿਆਰ ਤੇ ਉਹ ਹੁਸਨ ਦੀ ਕੁਰਬਾਨੀ ਦਿੰਦੇ ਹਨ। ਅੱਲਾਹ ਇੱਕ ਆਪਣਾ ਨਮੂਨਾ ਪੇਸ਼ ਕਰਕੇ ਦੱਸਿਆ ਜਿਹਨੂੰ ਮੈਂ ਸੋਹਣਾ ਬਣਾਈ ਉਹ ਕਿਵੇਂ ਹੁੰਦਾ ਹੈ। ਉਹ ਯੂਸਫ ਸੋਹਣਾ ਹੈ,
سونا ہو کے محبوب نہیں. مصطفیٰ اللہ دا محبوب ہے, مصطفیٰ اللہ دا محبوب ہے, اور مصطفیٰ دا ایک بارواں محمد. ہاتھ بن بو, ایک دو دے ہاتھ نپ بو. مینو سواد ہی نہیں پہ ہوں یہ جی گل تے بندہ جی داد نہ دے نا میں خوش ہونا جو مینو بندے دے معیار دا پتہ تے لگے بھائی یہ تو بدھ ماتی کا ہی نہیں. سارے ذاکرم دین توجہ بولو, میں نہ ہاتھ نپ بو پتہ تے لگے کتنے ہیٹھا ہو. امام زمانہ دی قسم ہے پوری کائنات دا قانون ہے, دنیا دی ہر رسم محبت وچ پہلو وکھیندا ہے. ویکھن تو بعد روح جسم قبول کردا ہے, مڑ اونوں سونا ہی اکھیندا ہے, اونوں پیار ہی کریندا ہے. واہ میری بتول سائن تیرا یارواں پتر ایڈا سونا ہے, ڈٹھا ہی کہ نہیں تے راہ دسو. میاں شان بڑا کوڑا ہے جو اگو بندہ اٹھی کلے ہاں بھائی جی تسا ڈٹھو ہے کوئی نہ لے وی کیویں کوڑا نہیں بڑا سونا ہے سبحان بھائی جی تسا ڈٹھو ہے کوئی نہ جینو ویکھیا گیا ہے اونوں سونا دن جیڑا نہیں ڈٹھا دنیا پیروں دے بھار راہ کھلی وے دیے ویکھن والےاں چ عیسیٰ ابن مریم قصیدہ پڑھواں اے شو دے نہیں اٹھی سکدے ڈال دے دا دورے نا کمزور ہیں کال دیا مجلسا جنا اتنے قصیدے پڑھائے نا سن دے پے کال اتھے شوار شکرے ڈھائے نہیں پے.
ਤਾਂ ਜ਼ਾਕਿਰ ਤੋਂ ਸੁਣਨ ਵਾਲੇ ਦੋਵੇਂ ਰੁੱਖੇ ਲੱਗਦੇ। ਜ਼ਾਕਿਰ ਚੁੱਪ ਕਰਕੇ ਖਲਾ ਤੇ ਮਜਮੇ ਵੇਦਾ ਬੈਠਾ, ਇੱਕ ਬੰਦਾ ਸੁਰ ਖਲਾ ਲੈਂਦਾ। ਪਤਾ ਨਹੀਂ ਜ਼ਾਕਿਰੀ ਦਾ ਮਿਜ਼ਾਜ ਹੁੰਦਾ ਹਰ ਕਿਸੇ ਦਾ, ਬਿਆਨ ਨਾ ਉਹ ਕਰੋ ਹੀ ਨਹੀਂ ਜਿਹੜਾ ਤੁਸੀਂ ਆਪ ਨਹੀਂ ਕਰ ਸਕਦੇ। ਮਗਰ ਉਸ ਦੇ ਬਾਵਜੂਦ ਹਦੀਸ ਰਸੂਲ ਨਾਲ ਕਸੀਦਾ ਇਸੀਨਾ ਬਸੀਨਾ ਜ਼ਾਕਿਰੀ ਉਸਦਾ ਅਦਾਮਤ ਬੱਤੀ ਪੜਦਿਆਂ ਐਨ ਪਹਾੜ ਓਹਦ ਤੋਂ ਢੇਰ ਸੋਨਾ ਹੋਵੀ, ਅੱਲਾ ਦੀ ਰਾਹ ਚ ਖਰਾਇਤ ਕਰੇ, ਅਰਕਾਨ ਹਜ ਅਦਾ ਕਰੇਂਦਾ, ਬੇ ਜੁਰਮ ਬੇ ਖਤਾ ਬੇਰਹਿਮੀ ਨਾਲ ਕਤਲ ਹੋ ਮੰਨੇ। ਅਗਰ ਤੇਰੇ ਦਿਲ ਚ ਵਿਲਾਏ ਅਲੀ ਨਹੀਂ ਤਾਂ ਜੰਨਤ ਦੀ ਖੁਸ਼ਬੂ ਹੀ ਨਾ ਮਿਲ ਸੀ। ਬਜ਼ੁਰਗ ਫੜਦੇ ਉਹ ਫਰਮਾਉਂਦੇ ਆ, ਨਾ ਰੁੱਲ ਦੁਨੀਆ ਤੇ ਨਾ ਭੁੱਲ ਦੁਨੀਆ ਤੇ ਅਲੀ ਦਾ ਸਾਨੀ ਮਿਲਣ ਮੁਸ਼ਕਿਲ। ਪਰੇਸ਼ਾਨ ਤਾਂ ਨਹੀਂ ਬੈਠੇ, ਅਲੇ ਦਾਸਾਂ ਮਿਲਣ ਮੁਸ਼ਕਿਲ ਹੈ, ਨਰਲ ਦੁਨੀਆ ਤੇ ਨਾ ਭੁੱਲ ਦੁਨੀਆ ਤੇ, ਅਲੇ ਦਾਸਾਂ ਮਿਲਣ ਮੁਸ਼ਕਿਲ ਹੈ। ਤੈਨੂੰ ਕਿੱਸੇ ਸੁਣਾਵਾਂ, ਇਹ ਮੁਹਰਮ ਚ ਕੀ ਕਰੂ ਮੇਰੇ ਨਾਲ, ਮੈਂ ਬੇਦਖੇ ਬਰਦੇ ਤੈਨੂੰ ਕਿੱਸੇ ਸਣ ਦੇ ਹਾਲ ਦੱਸਾਂ, ਇਹ ਮਠੜੇ ਵਾਦੇ ਤਿਖੜੇ ਵਾਲੇ, ਮਠੜੇ ਵਾਦੇ ਤਿਖੜੇ ਵਾਲੇ, ਅੱਖਾਂ ਦੇ ਪੀਂਦੇ ਜਮੈ ਦੇ ਗਲਦੇ, ਅੱਖਾਂ ਦੇ ਪੀਂਦੇ ਤਵੈ ਦੇ ਗਲਦੇ, ਅਲਮ ਸੱਤ ਆਪਣੇ ਕੋਲ ਕੋਈ ਜੁਮਲਾ ਨਹੀਂ ਆਖਦਾ। ਪਰ ਮੈਂ ਜਿੰਦਾ ਦਾ ਜੋੜ ਜਨਾਜ਼ਾ ਜਿਹਦੇ ਨੂੰ ਲੈ ਕੇ ਆ ਗਈ, ਆਲ ਹੀ ਮਰ ਗਏ, ਜਨਾਜ਼ਾ ਪੜੋ ਜਿੰਦਾ ਦਾ ਜੋੜ ਜਨਾਜ਼ਾ, ਦਿਲ ਆਪਣੇ ਵਿੱਚ ਕਰ ਅੰਦਾਜ਼ਾ, ਕਜ਼ਾ ਮਹਿਮਾਨ ਬਿਆਦਾਂ ਤੁਰਿਆ ਵੇਲੇ ਜਦਾਂ ਥੀ ਵੰਦਨ, ਕੁਝ ਬੰਦੇ ਤਵੱਜੋ ਨਹੀਂ ਕਰਦੇ, ਅੱਲਾ ਨਾ ਕਰੇ
ਦੁਨੀਆਂ ਦਾ ਕੋਈ ਮੁਸਾਫਿਰ ਇਹੋ ਜਿਹਾ ਨਾ ਹੋਵੇ ਜਿਹਨੂੰ ਪਤਾ ਹੀ ਨਾ ਹੋਵੇ ਵੰਜਣਾ ਕਿੱਥੇ। ਵੱਧ ਕੱਲਾ ਨਾ ਹੋਵੇ, ਧੀਆਂ ਬਹਿਣਾ ਨਾਲ ਹੋਵੇ, ਕਾਪਿਆ ਤਾਂ ਤੁਰਿਆ ਵੇਲੇ ਜਦਾਂ ਥੀਵੇਂ ਪੱਖੀਆਂ ਦੇ ਬੰਦ ਪਰਵਾਜ ਵਧਾਇਆ ਕਰਦਾ ਏ, ਰੋ ਰੋ ਕੇ ਹਰ ਘਰ ਦੇ ਬੰਦ ਰੋਣ ਵਾਲੇ ਕਾਰ ਦਾ ਹੀ ਕੁਝ ਕਾਫੀ ਹੈ। ਬਿਸਮਿਲ੍ਲਾ ਮੈਂ ਪਿਆਦਾ ਤੁਰਿਆ ਯੂ ਵੇਲੇ ਜਦਾਂ ਥੀਵੇਂ ਪੱਖੀਆਂ ਦੇ ਬੰਦ ਪਰਵਾਜ਼ ਵਧਾਇਆ ਆਪ ਕਰੇ ਦਾ, ਰੋ ਰੋ ਕੇ ਹਰ ਘਰ ਦੇ ਬੰਦ ਆਦਾ ਕੀ ਪਤਾ ਹੁਣ ਤੋਰ ਚਮਹਮਲ ਦੇ ਪਿਆਲ ਉਹ ਵੀ ਫਸਲ ਦੀ ਉਮਰ ਦਰਾਜ ਨਹੀਂ ਟਿਕਾਣ ਦੇਂਦੇ, ਮਗਰਬ ਦੀ ਜੁਲ ਪਰਸੋਂ ਬਾਹਰ ਨਵਾ ਵਾਹ 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 ਮੈਂ ਨੌਕਰ ਬਾਬਾ ਮੈਂ ਨੌਕਰ। ਅੱਠਵੀਂ ਵਾਰ ਮਿਲਣ ਆਇਆ ਹੈ, ਸੁਣ ਸੋ ਮੈਂ ਤਿਆਰੀ ਕੱਲ ਸ਼ੁਰੂ ਕਰੇ ਸਾਂ, ਥੋੜੇ ਥੋੜੇ ਰੁੱਖ ਪੜੀ ਵੰਜਾਂ। ਅੱਠਵੀਂ ਵਾਰ ਮਿਲਣ ਆਇਆ ਹੈ, ਆਪਣੇ ਵਿਹੜੇ ਦੀ ਬਤੂਲ ਨੂੰ ਉੱਠੀ ਖੜੀਏ ਵੇ ਬਾਬਾ, ਅੱਠ ਵੇਰੀ ਵੀ ਕੋਈ ਟੁਰਨਿਆ ਮਿਲਦਾ ਤੇਰਾ ਪਿਆਰ ਦੱਸਦਾ ਹੈ ਤੇਰੀ ਨਿਭਦੀ ਨਹੀਂ ਵੇ ਬਾਬਾ ਤੇਰੀ ਨਿਭਦੀ ਨਹੀਂ, ਮਜਬੂਰੀ ਸਮਝ ਪਈ ਲੱਗਦੀ ਹੈ ਉਹਨੂੰ ਰਾਜ਼ੀ ਵਧਾ ਕਰਨ। ਮੈਂ ਨਹੀਂ ਇੰਜ ਪੜਦਾ ਫਲਾਣਾ ਮੇਰਾ ਸੱਜਣ ਮੇਰੀ ਕਬਰ ਤੇ ਨਾ ਆਵੇ, ਇਹ ਅਲੀ ਹੁਸੈਨ ਦੀ ਧੀ ਦੇ ਇਲਮ ਦੀ ਮੁਖਾਲਫਤ ਹੈ। ਉਹ ਤਾਂ ਗੱਲ ਚ ਬਾਈ ਪਾ ਕੇ ਆਦੀ ਅੱਠੀ ਵਾਰੀ ਕਿਉਂ ਮਿਲਣਾ ਆਇਆ। ਸੱਯਦਾ ਦਾ ਸੱਤ ਵਾਰੀ ਆਪਣੀ ਮਰਜ਼ੀ ਨਾਲ ਮਿਲਿਆ, ਛੇਕੜੀ ਵਾਰ ਤੈਨੂੰ ਇਜਾਜ਼ਤ ਦੇਣਾ ਜਿਵੇਂ ਦਿਲ ਲਈ ਉਹ ਮਿਲ। ਬਾਬਾ ਮੈਂ ਜੋ ਮਰਜ਼ੀ ਨਾਲ ਮਿਲਣਾ ਇਹਦੀ ਮਰਜ਼ੀ ਮਤਲਬ ਸੱਯਦ ਜੀ ਦਾ ਸਿਰ ਚੁਮਕਿਆ, ਮੇਰੇ ਕਾਫਲੇ ਚ ਢੇਰ ਧੀਆਂ ਜਿਹੜੀਆਂ ਪਿਓਵਾਂ ਨਾਲ ਪਜਵੇ ਦੀਆਂ ਨੇ, ਕਈ ਝੋਲੀ ਚ ਬਾਸੀ ਮੈਂ ਵੇਖਸਾਂ, ਕਈ ਗੱਲ ਚ ਬਾਈ ਪਾ ਕੇ ਮਿਲਸੀ ਮੈਂ ਵੇਖਸਾਂ, ਜਦਾ ਪਿਓ ਸਿਰ ਚੁਮਸੀ ਮੈਂ ਮਦੀਨੇ ਮੂੰਹ ਕਰਕੇ ਅਕਸਾਂ, ਪਿਆਰੀ ਤਾਂ ਮੈਨੂੰ ਹੀ ਦੇ ਵਾਲੀ। ਵਾਹ ਵਾਹ ਜਿਹੜੇ ਬੰਦੇ ਨੂੰ ਸਮਝ ਆ ਗਈ ਹੈ ਬਿੰਡੀ ਫੱਟੀਆਂ ਲਈ ਉਹ ਕਿਸਮਤ ਦੀ ਗੱਲ ਹੈ, ਵੀ ਦਾ ਸਿਰ ਚੁਮਕਿਆ ਦੇ ਜਿਵੇਂ ਦਿਲ ਉਹ ਵੀ ਮਿਲ। ਵਤਦੀ ਅਜੀਬ ਤਰੀਕੇ ਨਾਲ ਮਿਲੀ ਏ ਕਹਿਣ ਪਿਓ ਦਾ ਗੱਲ ਚੁੰਮਸ, ਪੇਸ਼ਾਨੀ ਚੁੰਮੀ ਏ, ਸਲਬ ਚੁੰਮਦੀ ਏ, ਰੁਖਸਾਰ ਚੁੰਮਦੀ ਏ, ਹੱਥ ਚੁੰਮਦੀ ਏ, ਆਦੀ ਹੁਣ ਮੇਰੀ ਚਾਦਰ ਤਲੇ ਤੂੰ ਜਿਹੜੇ ਪਿਓ ਲੈ ਦਿਆ ਧੀ ਪਿਓ ਦੇ ਸੀਨੇ ਤੇ ਮੋਹ ਰੱਖਿਆ ਦੀ ਏ, ਇੱਥੋਂ ਕਿਤਨਾ ਚੁੰਮਾ ਜਿੱਥੋਂ ਕਾਤਲ ਪੜੀ ਮਦੀਨੇ ਵਾਲੀ ਬਜ਼ੁਰਗ ਜੋ ਆਇਓ ਮੈਂ ਲੱਖ ਵਾਰੀ ਆਗਾ ਮੈਂ ਕੋਈ ਥੱਕਦਾ ਤਨਾ ਵੀ ਆ ਮਿੰਬਰ ਦੀ ਕਸਮ ਪਿਓ ਦੇ ਗੱਲ ਚ ਬਾਈ
ਮੈਂ ਇਸ ਤੋਂ ਵਧਣੀ ਜੁਮਲਾ ਆਖਣਾ ਚਾਹਨਾ ਪਿਓ ਨੂੰ ਆਦੀਏ ਬਾਬਾ ਮੇਰਾ ਟੁਰਦਿਆਂ ਦਾ ਛੇਕੜੀ ਸਵਾਲ ਹੈ ਜਿਹੜੇ ਮਹਿਮਲ ਟੁਰਨ ਲੱਗਣ ਹਾਂ ਮੇਰੀ ਧੀ ਕੇ ਗਰਾਂ ਦੀਏ ਇੱਕ ਵਾਰੀ ਅੰਦਰ ਆਵੇ ਆਪਣੇ ਹੱਥ ਨਾਲ ਹਵੇਲੀ ਦਾ ਕੁੰਡਾ ਬੰਦ ਕਰਕੇ ਮੈਨੂੰ ਵੇਖੇ ਭਰੇ ਵੇਲੇ ਤੂੰ ਮੈਂ ਕਿਵੇਂ ਕਿਸਮਤ ਦੀ ਗੱਲ ਹੈ ਵੇ ਬਾਬਾ ਜ਼ਮਾਨੇ ਦੀ ਗੱਲ ਹੈ ਆਦਤ ਰਿਆਂ ਦੀ ਆਈ ਬਾਬਾ ਮੈਂ ਚੁੰਮਣਾ ਹੈ ਤੂੰ ਰੋਣਾ ਹੈ ਸੈਯਦਾ ਦਾ ਵੱਲ ਕਹਿ ਦੱਸੇ ਆਦੀ ਪੂਰੀ ਰਾਤ ਦਾਦੀ ਮੈਨੂੰ ਕੋਈ ਸਮਝ ਦਿੱਤਾ ਮੈਨੂੰ ਆਦੀ ਆਈ ਪਿਆਰ ਕਰ ਲੈ ਉਹਨਾਂ ਕੁੱਠਿਆਂ ਨੂੰ ਤੇਰੀ ਮਰਜ਼ੀ ਦੀ ਗੱਲ ਹੈ ਅਗਲਾ ਇੱਕ ਜੁਮਲਾ ਜ਼ਰੂਰ ਆ ਦਾ ਗੱਲ ਵੇਖੋ ਜ਼ਾਕਰੀ ਮੈਂ ਮਸਾਇਬ ਪੜਦਾ ਖਲਾ ਕਬੂਲ ਹੋ ਗਏ ਜ਼ਾਕਰ ਛੁੜਦੇ ਨਹੀਂ ਕਿਉਂਕਿ ਪਕਾ ਤੇ ਪੜਦੇ ਨੇ ਮੈਂ ਇੱਕ ਲਾਈਨ ਆਖਣਾ ਚਾਹੁੰਦਾ ਥੋੜ੍ਹਾ ਜਿਹਾ ਉਹਨੂੰ ਗਹਿਰਾਈ ਨਾਲ ਸਮਝੇ ਤਾਂ ਸਹੀ ਜੀ ਆਦੀ ਵੇ ਬਾਬਾ ਮੈਂ ਉਹਦੀ ਰਜ਼ਾ ਤੇ ਰਾਜ਼ੀ ਹਾਂ ਤੂੰ ਉਹ ਕਰੇ ਨਾ ਜਿਹੜਾ ਉਹ ਚਾਹੁੰਦਾ ਜਿਹੜੇ ਲਈ ਮਹੀਨਾ ਹੈ ਉਹ ਚਾਹੁੰਦਾ ਹੈ ਜਿਹੜੇ ਛੋੜੀ ਮਹੀਨਾ ਹੈ ਉਹ ਚਾਹੁੰਦਾ ਪਿੰਡੀ ਵਧੀਆ ਲਿਓ ਕਿਵੇਂ ਪੜੀ ਗਈ ਜੇ ਤੈਨੂੰ ਸਮਝ ਆ ਗਈ ਅਦਬ ਸੁਣ ਕੇ ਰੋਣਾ ਕਰ ਆਲੇ ਮੁਹੰਮਦ ਦੀ ਹੁਰਮਤ ਵਗਾਰ ਸੁਣ ਕੇ ਰੋਣਾ ਕਰ ਵੇ ਬਾਬਾ ਜਿਹੜੇ ਲਈ ਮਹਿੰਦਾ ਹੈ ਮੈਂ ਰਾਜ਼ੀ ਹਾਂ ਜਿਹੜੇ ਛੋੜੀ ਮਹਿੰਦਾ ਹੈ ਮੈਂ ਰਾਜ਼ੀ ਹਾਂ ਵੇ ਬਾਬਾ ਆਖਿਰ ਮਦੀਨਾ ਜੋ ਹਰ ਕਾਣ ਅਮਨ ਦੀ ਜਾਏ ਕਦਾਈ ਤਾਂ ਤੇਰੇ ਕਹਾਣੀ ਅਮਨ ਦਾ ਮੁਲਕ ਬਣ ਗਏ ਸਾਲ ਨੂੰ ਦੋ ਸਾਲ ਬਾਅਦ ਕਦਾਈ ਤਾਂ ਵਤਨ ਤੇ ਵਲਸੋ ਗੱਲ ਆਖਾਂ ਚਾ ਚਾਰ ਸੱਜਣਾ ਨੂੰ ਨਾ ਮਿਲਸਾਂ ਦੀ ਦੇ ਮੂੰਹ ਦਰਵੇ ਕਿਆ ਦੈਨ ਸੱਜਣ ਦੱਸੀ ਵਾਂਝ ਮੈਂ ਜਗਨਾ ਚ ਯਾਦ ਕਰਕੇ ਰੋਸਾਂ ਬੀਬੀ ਆਦੀ ਜਰਾਂ ਜਨੋਵੇਂ ਤਾਂ ਪਹਿਲਾਂ ਤੂੰ ਵੇ ਜਿਹਨੂੰ ਮੈਂ ਨਾ ਮਿਲਸਾਂ ਤੈਨੂੰ ਆਪਣੇ ਮੁਹੰਮਦ ਹੋਣ ਤੇ ਨਾਲ ਮੈਨੂੰ ਬਤੂਲ ਹੋਣ ਤੇ ਨਾਲ ਵੇ ਬਾਬਾ ਤੂੰ ਸੱਜਣਾ ਨਾਲ ਪਿਆਵੈਂਦਾ ਮੈਂ ਕੱਲੀ ਰਹਿਣੀ ਵੇ ਬਾਬਾ ਮੇਰੀ ਉਮਰ ਦੇ ਪੁੱਤਰ ਕੱਲੇ ਨਹੀਂ ਛੁੜੀਂਦੇ ਬਾਬਾ ਮੱਚਾ ਤੇ ਅਬਾਸ ਨੂੰ ਨਾ ਮਿਲਸਾਂ ਅੱਛਾ ਤ੍ਰਿਆ ਸੱਜਣ ਜ਼ਮੀਨ ਦਰਵੇ ਰੋਣ ਲੱਗ ਗਈ ਵੇ ਬਾਬਾ ਜੇ ਪੁੱਛਣਾ ਹੈ ਤਾਂ ਤ੍ਰਿਆ ਸੱਜਣ ਮੈਂ ਆਪਣੀ ਮਾਂ ਨੂੰ ਨਾ ਮਿਲਸਾਂ ਮਾਂ ਦਾ ਲਫ਼ਜ਼ ਆਖਣਾ ਈ ਹੁਸੈਨ ਰੋ ਕੇ ਆਦਨ ਮਿਲਸਾਂ ਕਈ ਨੂੰ ਕਈ ਨੂੰ ਆਦੀ ਸਭ ਤੋਂ ਪਹਿਲੂ ਜਿਹਨੂੰ ਮੈਂ ਮਿਲਣਾ ਉਹਦਾ ਨਾਮ ਅਲੀ ਅਸਗਰ ਹੈ ਮੇਰੀਆਂ ਬਿਮਾਰੀਆਂ ਦੁਆ ਸੱਜਣ ਕਈ ਨੂੰ ਮਿਲ ਸਿਆਦੀ ਭੈਣ ਨੂੰ ਮਿਲਸਾਂ ਚੌਂ ਸਾਲਾਂ ਦੀ ਭੈਣ ਨੂੰ ਜਿਤਨਾ ਸੱਜਣ ਮੈਨੂੰ ਮਿਲਣਾ ਹੈ ਨਾ ਹਰ ਕਈ ਦੀ ਕੰਨ ਪਿੱਛੋਂ ਲੁੱਕ ਲੁੱਕ ਕੇ ਮੈਨੂੰ ਵੇਖਦੀ ਆ ਜਿੱਤਰੇ ਵਾਰੀ ਮਾਂ ਨੂੰ ਮਿਲਣ ਗਈ ਹੈ ਉਤਰੀ ਵਾਰੀ
ਸੈਯਦਾ ਦਾ ਬੱਚੜਾ, ਮੈਂ ਹੁਸੈਨ ਆਦਮ ਤਾਂ ਜਿਨ੍ਹਾਂ ਨੂੰ ਮਿਲਣਾ ਚਾਹੁੰਦੀ ਉਹ ਵੱਲੇ ਨੀ ਨਹੀਂ। ਇਹਨਾਂ ਨਵਲਣ ਵਾਲਿਆਂ ਚ ਮਿਲਣੀ ਹੈ ਜਿਹੜੇ ਵੱਲਣੇ ਨੇ। ਬਾਬਾ ਕਿਉਂ ਮਿਲ ਸਾਂ ਮੈਂ? ਸਭ ਤੋਂ ਪਹਿਲੂ ਕੋਸ਼ਿਸ਼ ਕਰੇ ਸਾਂ ਅਕਬਰ ਨੂੰ ਨਾ ਮਿਲਾਂ। ਸੈਯਦਾ ਦਾ ਮਤਕ ਆਈ ਮਜਬੂਰੀ ਬਣ ਵੰਜੀ, ਪਿਓ ਦੇ ਗੱਲ ਜਵਾਈ ਪਾ ਕੇ ਆਦੀ ਹੈ ਇੱਕ ਸ਼ਰਤ ਮਿਲ ਸਾਂ ਮਤ ਭਰ ਜਾਈ ਆਖੇ ਮੂੰਹ ਤਾਂ ਵੀ ਖੈ ਸਾਂ ਪਹਿਲੇ ਅਕਬਰ ਨੂੰ ਮਿਲ। ਮੈਂ ਪਿਓ ਕੇ ਮਿਹਨਤ ਕਰੇ ਨਾ ਆਦੀ ਹੈ ਮੇਰੀ ਅਸਰਤ ਹੈ, ਮੈਂ ਅਸਗਰ ਨੂੰ ਮਿਲਣਾ, ਭੈਣ ਸਕੀਨਾ ਨੂੰ ਮਿਲਣਾ। ਸਈਆ ਦਾਦਾ ਮੇਰੀ ਅਸਰਤ ਮਾਂ ਨੂੰ ਮਿਲਣੇ। ਹਾਏ ਹਾਏ ਤੈਨੂੰ ਸਮਝ ਹੀ ਨਹੀਂ ਆਉਂਦੀ ਪਈ ਮੈਂ ਇੰਜ ਕਿਉਂ ਪਿਆ ਨਾ। ਦੀ ਦਾ ਸਿਰ ਚੁਣ ਕੇ ਆ ਜਾ ਮਾਂ ਨੂੰ ਮਿਲਣੇ। ਬਾਬਾ ਕਿਉਂ ਮਿਲਾਂ? ਸਈਆ ਦਾਦਾ ਜਲੇ ਸੁਣੇ ਕਾਫਲਾ ਆ ਗਏ ਵਤ ਵੰਨੇ, ਜੇ ਮਾਂ ਸੁਣਨੀ ਵੀ ਤਨ ਮਿਲਣੇ, ਜੇ ਪੁੱਛ ਕੇ ਮਿਲਣਾ ਭਵੀ ਵਤ ਮਿਲ ਪਵੇ, ਮਤ ਬੰਦ ਪੜੇ ਮੈਂ ਪਿਓ ਦਾ ਤੁਰਿਆ ਵੇਲੇ ਜਦਾ ਜੀਵਨ ਦੇਣਾ ਪੱਖੀਆਂ ਬਾਹਰ ਵਸੀਅਤ ਨਜ਼ੀਨ ਕਰਨ।